गाइस वेलकम बैक टू न्यू व्लॉग। ते आज ही चले आ जलंधर सिटी ते सूट शॉपिंग करके आनी ही सारा दिन या शॉपिंग ते लग जाना। ते एक अपना ट्रिप भी पिया वा फनीसलैंड पहला शॉपिंग वंडरलैंड सॉरी पहला आपां चलांगे अपने वंडरलैंड सूटां वाली दुकान ते शॉपिंग करांगे फिर आपां वंडरलैंड चलांगे। ठीक है ते बैठे हो ट्रेन में 5:30 ते ट्रेन आ गई। गाइस गलती हो गई मैं फोन जस करना लेवणा ही डैडी दा डैडी कहता ओ मेरा फोन ले गया फोन ही गलत ले आंदा डैडी दा फोन ले आए ते लेवणा जस करना उपरों सेम सेम ना इन्हां दे ते डैडी दा ते भलेखे ना मैं डैडी दा बैग च पा लिया ते इहदा फोन घरे रह गया। अच्छा किवें अच्छा ओ गाइस एक और पंगा डैडी ने दिल्ली चल जाना जस करना फोन लेके जाना पैना लगदा तैनू कह अज रहन दे कल हुंदा जी तो वीडियो कितों अपलोड करूंगा ये तीन दिन का कोई नहीं होंगे। गाइस आई पहुंच गया तीन जलंधर। ठीक है ठंड बहुत लगी सवेरे कुछ पा के भी नहीं आए ठरी गए ठरी ते हुण अहीं सब तो पहला चाह पीवांगे जी करदा चाह पीण नूं। ठीक है उस तो चाह पीण तो बाद फिर आपां वधांगे रमन की शॉपिंग करन। ठीक है चलो चलते आपां ਜੇ ਮੇਰੇ ਮਾਰੀ ਮੋਬਾਈਲ ਥੱਲੇ ਆ ਵੀ ਡਿੱਗ ਪੈਣਾ ਹੀ ਮੋਬਾਈਲ ਵੀ ਡਿੱਗੂਗਾ ਤੇਰਾ। ਠੀਕ ਆ ਬਾਈ ਜੀ ਹੁਣ ਆਪਾਂ ਸਿੱਧਾ ਚੱਲੇ ਆ ਬੱਸ ਸਟੈਂਡ ਆ ਗਿਆ ਸਿੱਧਾ ਬੱਸ ਸਟੈਂਡ ਲੈਣੀ ਆ ਆਪਾਂ ਉਹ ਬੱਸ ਲੈਣੀ ਆ ਨਕੋਦਰ ਜਾ ਕੇ ਫਿਰ ਸਿੱਧਾ ਵੰਡਰਲੈਂਡ ਚੱਲਾਂਗੇ। ਉਹ ਜਿਹੜੀ ਦੁਕਾਨ ਆ ਨਾ ਉਹ ਖੁੱਲਣੀ 11 ਵਜੇ ਤਾਂ ਅਸੀਂ ਸੋਚਿਆ ਚੱਲ ਪਹਿਲਾਂ ਅਸੀਂ ਘੁੰਮ ਫਿਰ ਆਈਏ ਵੰਡਰਲੈਂਡ ਸਾਡਾ ਇੱਕ ਟ੍ਰਿਪ ਰਹਿੰਦਾ ਸੀ ਨਾ ਉਹ ਪੂਰਾ ਕਰ ਆਈਏ। ਚਲੋ ਚਲੋ ਬਾਈ ਅਸੀਂ ਬੈਠ ਗਏ ਬੱਸ ਵਿੱਚ ਹੁਣ ਸਿੱਧਾ ਜਾਵਾਂਗੇ ਵੰਡਰਲੈਂਡ। ਵੰਡਰਲੈਂਡ ਦਾ ਸ਼ਰਮ ਆਇਆ ਕਿਉਂ ਕਰਦਾ ਕਿਉਂਕਿ ਹੂਟੇ ਲੈਣੇ ਉੱਥੇ ਜਾ ਕੇ ਨਹਾਉਣਾ ਨਹੀਂ ਆ ਠੰਡ ਬਹੁਤ ਆ ਬਹੁਤ ਖਾਣੇ ਨਹੀਂ ਜੋ ਪਹਿਲਾਂ ਹੈ ਸੌਂਫ ਲੈਣੀ ਹਾਂ ਚੱਲ ਲੈ ਲਓ ਸੌਂਫ ਇੱਕ ਆ ਆ ਇਹ ਕਿੰਨੇ ਦੀ ਆ ਲੈਣੀ ਉਹ ਰਹਿਣ ਦਿਓ ਇੱਕ ਚੀਜ਼ ਲਓ 10 ਰੁਪਏ ਟੁੱਟੇ ਆ ਮੇ ਤੋਂ ਮੈਂ ਉਹ 20 ਆ ਗਿਆ ਨਹੀਂ ਰਹਿਣ ਦਿਓ ਸਵਾਦ ਵੀ ਨਹੀਂ ਚੱਲਦੇ ਦੇ ਚਲੋ ਚਲੋ ਗਾਇਸ ਅਸੀਂ ਵੰਡਰਲੈਂਡ ਤੋਂ ਪਹੁੰਚ ਗਏ ਆ ਪਰ ਇਹ ਕਹਿੰਦੇ ਆ ਕਿ 10:30 ਓਪਨ ਹੋਣਾ ਵਾ ਸਾਡਾ ਇੰਤਜ਼ਾਰ ਕਰਦੇ ਆ 10:30 ਤੱਕ ਫਿਰ ਆਪਾਂ ਸਿੱਧੇ ਜਾਵਾਂਗੇ ਇੱਥੇ ਘੰਟਾ ਜਾਂ ਡੇਢ ਘੰਟਾ 2 ਘੰਟੇ ਰੁੱਕ ਕੇ ਨਾ ਮਜ਼ੇ ਲੈ ਕੇ ਫਿਰ ਆਪਾਂ ਚੱਲਾਂਗੇ ਸ਼ਾਪਿੰਗ ਕਰਨ। ਠੀਕ ਆ ਇਹਨੂੰ ਮੈਂ ਕਹਿੰਦਾ ਇਹ ਵਲੌਗ ਤੂੰ ਨਾ ਬਣਾਈ ਇੱਕੋ ਜਿਹਾ ਵਲੌਗ ਹੋ ਜਾਂਦਾ ਮੰਨਦਾ ਹੀ ਨਹੀਂ ਪਿਆ ਐ ਨਾ ਕਰੀ ਜਿਸ ਕਰਨ ਪਾਪ ਆ ਇੱਕ ਚੀਜ਼ ਉਹਦਾ ਹੀ ਨਹੀਂ ਪਿਆ ਸਾਹਮਣੇ। ਚਲੋ ਗਾਇਸ ਮਿਲਦੇ ਆ ਬ੍ਰੇਕ ਤੋਂ ਬਾਅਦ। ਚਲੋ ਗਾਇਸ ਆ ਦੇਖੋ ਰਾਤ ਦੀ ਕੋਈ ਪਾਰਟੀ ਸੀ ਇੱਥੇ। ਠੀਕ ਹੈ ਤੇ ਇੱਥੇ ਸਾਨੂੰ ਬਣਿਆ ਬਣਾਇਆ ਮਿਲ ਗਿਆ ਫੋਟੋ ਫੋਟੋ ਸ਼ੂਟ ਕਰ ਸਕਦੇ ਆ। ਇੱਥੇ ਦੇਖੋ ਕਿੰਨਾ ਵਧੀਆ ਸਟੇਜ ਲਾਈ ਹੋਈ ਇਹਨਾਂ ਨੇ ਖਾ ਪੀ ਕੇ ਨਿਕਲ ਗਏ ਜਿਨ੍ਹਾਂ ਨੇ ਖਾਣਾ ਸੀ ਤੇ ਅਸੀਂ ਭਗੂੜਿਆਂ ਤੇ ਹਜੇ ਹੂਟੇ ਲੈਣੇ। ਉਹ ਪਾਣੀ ਪਹਾੜਾਂ ਤੋਂ ਥੱਲੇ ਵੇਖੋ ਕਿੰਨਾ ਵਧੀਆ ਫੋਟੋ ਸ਼ੂਟ ਹੋ ਸਕਦਾ ਹਨਾ ਵਧੀਆ ਲੱਗਦਾ। ਪਰ ਇੱਕ ਚੀਜ਼ ਬਹੁਤ ਗਲਤ ਲੱਗੀ ਜੋ ਮੈਨੂੰ ਲੱਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਦੇਖੋ ਮੈਂ ਸੋਚਿਆ ਨਕਲੀ ਫੁੱਲ ਹੋਣੇ ਡੁਪਲੀਕੇਟ ਇਹ ਪਰ ਅਸਲੀ ਆ ਯਾਰ ਫੁੱਲ ਆ ਦੇਖੋ ਆਹ ਦੇਖੋ ਅਸਲੀ ਫੁੱਲ ਯਾਰ ਪ੍ਰਕਿਰਤੀ ਨੂੰ ਇੱਦਾਂ ਖਰਾਬ ਕਰ ਦਿੰਦੇ ਆ ਤੋੜ ਤੋੜ ਕੇ ਸਜਾਵਟ ਲਈ ਉਹ ਚੱਲ ਗਏ ਪਾਰਟੀ ਵਾਲੇ ਸ਼ਰਾਬਾਂ ਪੀ ਕੇ ਪਰ ਆਹ ਚੀਜ਼ ਮੈਨੂੰ ਭੈੜੀ ਲੱਗੀ ਯਾਰ। ਚਲੋ ਬਾਕੀ ਇੱਦਾਂ ਹੀ ਚੱਲੀ ਜਾਣਾ। ਗਾਇਸ ਕੁੜੀਆਂ ਦਾ ਨਹੀਂ ਮੈਨੂੰ ਸਮਝ ਆਉਂਦਾ ਸ਼ੀਸ਼ਾ ਵੀ ਨਾਲ ਹੀ ਚੱਕੀ ਫਿਰਨੀਆਂ ਮੇਕਅਪ ਵੀ ਨਾਲ ਹੀ ਚੱਕੀ ਫਿਰਨੀਆਂ ਉੱਥੇ ਘਰੇ ਪਹਿਲਾਂ ਤਿਆਰ ਹੁੰਦੀਆਂ ਸਭ ਤੋਂ ਜ਼ਿਆਦਾ ਟਾਈਮ ਫਿਰ ਇੱਥੇ ਆ ਕੇ ਵਾਲ ਖੋਲ੍ਹ ਕੇ ਤਾਂ ਬੰਨਣ ਲੱਗ ਪੈਣਗੀਆਂ ਇਹਨਾਂ ਦੇ ਵਾਲ ਹੀ ਨਹੀਂ ਸੈੱਟ ਆਉਂਦੇ ਕੁੜੀਆਂ ਦੇ ਤਾਂ। ਚਲੋ ਸਰਦਾਰ ਜੀ ਆਜੋ ਆਪਾਂ ਪੰਗੂੜਿਆਂ ਤੇ ਉਟੇ ਲਈਏ 10:30 ਖੁੱਲਣਾ ਵਾ ਤੇ 10:40 ਹੋ ਗਏ ਟਾਈਮ ਹੋ ਗਿਆ ਵਾ। ਗਾਇਸ ਕਹਿੰਦੇ ਆ 11 ਵਜੇ ਮਤਲਬ ਚਾਲੂ ਹੋਣੇ ਪੰਗੂੜੇ ਬੈਕਗ੍ਰਾਉਂਡ ਆਪਾਂ ਵਧੀਆ ਲੈਨੇ ਆ ਹਨਾ ਬੈਕਗ੍ਰਾਉਂਡ ਗੰਦਾ ਨਾ। ਓ ਵਾਓ ਕਿਵੇਂ ਦਾ ਲੱਗਾ ਬੈਕਗ੍ਰਾਉਂਡ ਵਧੀਆ ਲੱਗਾ ਨਾ ਇੱਕ ਮਿੰਟ ਲਾਈਦਾ ਤੇ ਦੱਸਣਾ 11 ਵਜੇ ਕਹਿੰਦੇ ਪੰਗੂੜੇ ਚਾਲੂ ਹੋਣੇ ਆ ਉਹਨਾਂ ਚਿਕਰ ਅਸੀਂ ਬੈਠ ਕੇ ਇੰਤਜ਼ਾਰ ਕਰਦੇ ਆ। ਠੀਕ ਹੈ ਗਾਇਸ ਰੱਜੀ ਤੇ ਜਿਸ ਕਹਿੰਦਾ ਆਪਾਂ ਕੰਪੀਟੀਸ਼ਨ ਕਰਾਉਣਾ ਕਿਹਦਾ ਵੇਟ ਜ਼ਿਆਦਾ ਵਾ 3-2-1 ਰੱਜੀ ਦਾ ਜ਼ਿਆਦਾ ਹੀ ਲੈ ਨਹੀਂ ਜਿਸ ਕਰਨ ਦਾ ਜ਼ਿਆਦਾ ਵਾ ਜਾ ਰੱਜੀ ਭਾਵੇਂ ਵੇਟ ਪਿੱਛੇ ਜੇ ਰੱਖ ਕਰ ਹਾਰ ਗਈ ਪਿੰਗਲਾ ਜਿਸ ਕਰਨ ਨੂੰ ਕਹਿੰਦੀ ਪਿੰਗਲਾ ਤਾਂ ਹੁਣ ਕੌਣ ਪਿੰਗਲਾ ਵਾ ਚਾਰ ਜੀ ਉੱਠੀ ਹੁਣ। ਚਲੋ ਗਾਇਸ ਹੁਣ ਮੇਰਾ ਵੇਖਿਓ ਆਪਾਂ ਇਹਦੀ ਨੇਰੀ ਬੰਦ ਜਿਸ ਕਰ ਚਲ ਆ ਜਾ ਥੱਲੇ ਆ ਜਾ
छोटे छोटे भगूड़े अज ट्राई करते हैं। इन्होंने वाटर पार्क बंद ही करता पूरा ही। चल चल भाई आवा मैं। स्पोर्ट लाई बैठा हूं। नहीं ये थोड़ी गल, कुछ भी मर्जी करो, फुल स्पोर्ट भरावा तेन। ओए न्याणे दे तुसीं तोड़ देने। ओए मामा इन टंगी रख, टंगी रख इन ऐदा ही। ओह माय गॉड इट्स गॉन। चलो गाइस सही लै रहे छोटे छोटे। किधर लै के चले भाई फुल बूटे? कहाँ लेके जा रहे हो? अंदर बस काम खत्म? नहीं आगे पार्टी है। नहीं मतलब ये कितने टाइम तक चलते हैं ये बूटे? मतलब ये बूटे कितने टाइम तक चलते हैं? बाद जो मुरझा जाते हैं ना सच्ची। एक पार्टी चलती है बस। ये लेके कहाँ से आते हो? लेके खरीद के आते हैं। खरीद के चलो ओके। पर मैनू ये चीज़ चंगी नहीं लगती है ना, कुदरती चीज़ नू तोड़ना। चलो गाय सब तो पहला आप उड्डन वाले भगूड़े से बह गए हाँ, तू जहाज जहा बनया। देखो थले वाला जिस कार रोड़ी बैठे तो इतने मैं बैठा, देखते हैं नज़ारा कहो जहा। पर रज्जी ने पहले चीकन लग पाया, उन्हें कहना मैंने थले तार दो, थले तार दो जितों तक मैनू का पता। बाकी आप देखते हैं की आता, तुम मैं दिखा कि घूमता। हाँ देखो गाय से इदा बनया हुआ वा पूरा, मतलब ना एन जहाज के तरीके ही बनाया हुआ इन चढ़ गया। और रज्जी बैठी कौन बैठा? चलो गाय जहाज चढ़ गया उपर न, मैं कला ही बैठा, बाकी सारे दो दो जने बैठे हुए। मेरा मुंह वेखो तुम सारे सारे जने चिक्का मारते पे हो। अरे वाहिगुरु, ओ बल्ले 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 बल्ले। आ गाइस असली रिएक्शन है मेरा। ओ भरावा रुकी ना, पर डर भी बोल लगता पा, पता नहीं गाइस ऐसे घूमी जाने गोल गोल। मैं गाइस अखा ही मीट लगा थले वेख लू, जीव नहीं करता वाहेगुरु। चलो गाइस रोकता, मजा आया वैसे इन्हें तो बहुत मजा आया। हूँ अं चला गए अगले भगूड़े से, मैं पहला रज्जी का रिएक्शन लूँगा। मैं लगता बहुत डरी होनी है क्योंकि ये काफ़ी खतरनाक हैगा सीगा, काफ़ी खतरनाक, काफ़ी मतलब मैं इतों यह लगता काफ़ी खतरनाक यो भगूड़ा सीगा इन्हों चो वाला पंगूड़ा से। मतलब सब तो डेंजर ए थल्यों जाके मतलब उपरों घूम के आई दा, बड़ा डेंजर जहा। तो हूँ आप चलते हैं सीधा अगे। वो देखो गाइस काम ही वंडरलैंड आया घूमन फिरन। चलो गाइस हूँ अपना तीजा पंगूड़ा, खेरे दूजा आ देख लो, वो ये मेरा फेवरेट पंगूड़ा आ वाला। चलो गाइस जहाज जहाज अपना तैयार आ। जे तुहानू भी हूटे लैन तो लगता है डर, तो अखा मीट लिया करो ठीक है। अखा मीट लोगे ना तो डर नहीं लगता फिर। वाह हवा च असी हवा च उड़ते पे, हवा च लो। चलो गाइस और मैं मजे लैना ठीक है, और मैं मजे भी लैन दो जी। अखा मीट मजा आऊगा, अखा मीट कर दे। ये तो जिस कारण भी उड्डिया ही फिरता उड्डिया ही। चलो गाइस स्कूल के बच्चे आए हुए हैं इतने पंगूड़े तो लेंदे पे हूँ। अभी भी पहला भी इतने असं आए ही टर्न कर, तो हम फिर एक बार आए हैं विजिट करते हैं मजे लेंगे। 3 फुट तो उच्चे कद वाले ले। अच्छा आ बेचारे एक सैड तो लगता 3 फुट तो उच्ची हाइट नहीं हैगी इन्हों। आप सारे बैठ गए पंगूड़िया, सारे बच्चे स्कूल के आए हुए हैं। कौन सा स्कूल आ? शाइनिंग स्टार।
ਅੱਛਾ ਕਿਹੜਾ ਸ਼ਾਈਨਿੰਗ ਸਟਾਰ ਸ਼ਾਈਨਿੰਗ ਸਟਾਰ ਚਲੋ ਜੀ ਕਿੱਥੇ ਜਲੰਧਰ ਦੀ ਆ ਅੰਮ੍ਰਿਤਸਰ ਦੇ ਚਲੋ ਬੱਚੇ ਇੱਥੇ ਸਾਰੇ ਬੱਚੇ ਹੀ ਹੂਟੇ ਲੈਂਦੇ ਪਏ ਅਤੇ ਆਪਾਂ ਹੁਣ ਹੂਟੇ ਲੈ ਲੱਗੇ ਜਰਜਿਸ ਕਰਨ ਤੇ ਰਾਜੀ ਪਿੱਛੇ ਉੱਤਰ ਗਿਆ ਉਹਨਾਂ ਦਾ ਦਿਲ ਨਹੀਂ ਕਰਦਾ ਸੀਗਾ ਉਹ ਕਹਿੰਦੇ ਕਿ ਮੈਂ ਨਹੀਂ ਲੈਣਾ ਉਹ ਕਹਿੰਦੇ ਨਾ ਉੱਪਰ ਸ਼ਾਲ ਜੀ ਆਇਆ ਨਹੀਂ ਡਰ ਕੇ ਅਤੇ ਉਹਨਾਂ ਨੇ ਫਿਰ ਕੈਂਸਲ ਹੀ ਕਰਤਾ ਚਲੋ ਚਲੋ ਗਾਇਜ਼ ਹੋ ਗਿਆ ਸ਼ੁਰੂ ਪੰਗੂੜੇ ਆਹ ਵੀ ਬੜਾ ਖਤਰਨਾਕ ਜਿਹਾ ਸੀਨ ਆ ਵਾਕਈ ਓ ਬੱਲੇ ਸੱਚੀ ਬਹੁਤ ਸਿਰਾ ਸੀਨ ਆਇਆ ਮਜ਼ਾ ਆ ਗਿਆ ਸਾਰੇ ਬੱਚਿਆਂ ਦੇ ਨਾਲ ਸਾਰੇ ਬੱਚੇ ਡਰ ਲੱਗ ਪਏ ਦੇਖੋ ਫੁੱਲ ਮਜ਼ਾ ਸਭ ਤੋਂ ਜ਼ਿਆਦਾ ਫੇਮਸ ਮਜ਼ਾ ਇਹ ਲੱਗਦਾ ਪਿਆ ਕਿਹਦੇ ਵਿੱਚ ਵੱਜ ਜਾਣਾ ਇਹ ਲੱਗਦਾ ਪਿਆ ਟਿੱਕਰ ਹੋਣੀ ਵਾਲੀ ਬਸ ਓਏ ਚਲੋ ਗਾਇਸ ਉਹ ਮਜ਼ੇ ਲੈ ਲਏ ਪੂਰੇ ਡਰ ਨਹੀਂ ਲੱਗਦਾ ਓ ਚਲੋ ਗਾਇਸ ਫੁੱਲ ਮਜ਼ਾ ਆਇਆ ਹੈ ਦੀ ਆ ਕੇ ਐਨ ਪੂਰਾ ਮਜ਼ਾ ਆਇਆ ਸਾਨੂੰ ਨਾ ਚੱਕਰ ਆਉਂਦੇ ਹੁਣ ਆ ਬੱਚੇ ਮੁੰਡੇ ਨੂੰ ਮੈਂ ਕਿਹਾ ਸਾਡਾ ਚੈਨਲ ਜ਼ਰੂਰ ਦੇਖੀ ਕਹਿੰਦਾ ਹੈਲਥੀ ਫੈਮਿਲੀ ਮੈਂ ਕਿਹਾ ਹਾਂ ਚਲੋ ਗਾਇਸ ਹੁਣ ਆਪਾਂ ਫਿਰ ਇੱਥੇ ਹੂਟੇ ਲੈ ਕੇ ਨਾ ਘਰੇ ਚੱਲ ਜਾਣਾ ਇੱਥੇ ਤਾਂ ਲੈਣ ਲੱਗੇ ਹਾਂ ਮਜ਼ਾ ਇਹਦੇ 'ਤੇ ਬਹੁਤ ਆਇਆ ਸਭ ਤੋਂ ਵਧੀਆ ਇਹੋ ਹੀ ਸਾਨੂੰ ਲੱਗਾ ਗਾਇਸ ਹੁਣ ਅਸੀਂ ਆ ਗਏ ਵੰਡਰਲੈਂਡ ਤੋਂ ਬਾਹਰ ਇੰਨੇ ਝੂਟੇ ਨਹੀਂ ਲੈ ਕਿਉਂਕਿ ਸਾਡਾ ਦਿਲ ਭਰ ਗਿਆ ਸੀਗਾ ਅਸੀਂ ਜਾਣਾ ਸ਼ੋਪਿੰਗ ਕਰਨ ਸ਼ੋਪਿੰਗ ਕਰਨ ਹੀ ਆਏ ਸੀਗੇ ਅਸੀਂ ਕਿਹਾ ਆਪਦਾ ਇਹ ਵੀ ਗੇੜਾ ਕੱਢ ਜੀਏ ਠੀਕ ਹੈ ਅਤੇ ਹੁਣ ਆਪਾਂ ਸਿੱਧਾ ਚੱਲਦੇ ਹਾਂ ਸ਼ੋਪਿੰਗ ਵਾਲੀ ਦੁਕਾਨ 'ਤੇ ਚਲੋ ਗਾਇਸ ਆਪਾਂ ਹੁਣ ਆਹ ਪੀਣ ਲੱਗੇ ਹਾਂ ਸਿਰਫ ਪੰਗੂੜੇ ਤੋਂ ਆਏ ਸੀ ਨਾ ਬੜਾ ਬੁਰਾ ਹਾਲ ਹੋ ਗਿਆ ਜਿਸ ਕਾਰਨ ਦਾ ਮੇਰਾ ਅਤੇ ਮੈਂ ਕਿਹਾ ਅਸੀਂ ਆਹ ਪੀਂਦੇ ਹਾਂ ਹੁਣ ਚਲੋ ਗਾਇਸ ਆਪਾਂ ਪਹੁੰਚ ਗਏ ਹਾਂ ਦੁਕਾਨ 'ਤੇ ਕਹੀ ਜਾਂਦਾ ਸ਼ੋਰੂਮ 'ਚ ਸਭ ਤੋਂ ਪਹਿਲਾਂ ਹੁਣ ਪਰਲੀ ਦੁਕਾਨ 'ਤੇ ਜਾਣਾ ਆਓ ਗਾਇਸ ਦੇਖੋ ਕਿੰਨੇ ਵਧੀਆ ਵਧੀਆ ਸ਼ੋਰੂਮ 'ਚ ਡਰੈਸਿਸ ਅਤੇ ਆਹ ਵਿਚਾਰਾ ਇੱਥੇ ਰੈਸਟ ਹੀ ਕਰਨ ਲੱਗ ਪਿਆ ਇਹਦਾ ਕੰਮ ਹੀ ਖਰਾਬ ਹੋ ਗਿਆ ਅਜੀਬ ਜਿਹਾ ਹੁੰਦਾ ਨਾ ਹੋਰ ਹੀ ਇੱਥੇ ਲਾਈਟਾਂ ਬਹੁਤ ਆ ਗਾਇਸ ਬਹੁਤ ਵੱਜਦੀਆਂ ਬਾਈ ਚਲੋ ਗਾਇਸ ਇੰਨਾ ਵੇਖੋ ਵਿਚਾਰੇ ਨੇ ਇੰਨੇ ਉੱਪਰ ਵੀ ਟਿਕਾ ਤੇ ਥੱਲੇ ਵੀ ਰੱਖਤੇ ਹਜੇ ਕੋਈ ਪਸੰਦ ਨਹੀਂ ਆਇਆ ਕੋਈ ਵੀ ਨਹੀਂ ਰਜੀ ਦੱਸੀ ਜਾ ਕਿਹੜਾ ਪਸੰਦ ਆਉਂਦਾ ਦੇਖਦੀ ਪਈ ਮੈਂ ਲੁੱਕ ਵਾਈਜ਼ ਬਿਲਕੁਲ ਹੈਵੀ ਰੱਜੀ ਨੇ ਕਿਹਾ ਇੱਦਾਂ ਦਾ ਵਿਖਾਓ ਤੇ ਜਿਸ ਕਾਰਨ ਕਹਿੰਦਾ ਲੈ ਡੁੱਬੀਆਂ ਕੁੜੀਆਂ ਇੱਦਾਂ ਦੀਆਂ ਜਨਵਰ ਹੀ ਆ ਕੇ ਮੈਂ ਤਾਂ ਸੋਣ ਲਿਆ ਯਾਰ ਕੰਬਲ ਕੰਬਲ ਸਹੀ ਹੈ ਨੀਂਦ ਆਉਂਦਾ ਆਪੇ ਕੌਫੀ ਦੀ ਬ੍ਰੇਕ ਆ ਗਈ ਹੁਣ ਕੌਫੀ ਪੀ ਲੈਂਦੇ ਆਹ ਮੈਨੂੰ ਸੋਹਣਾ ਲੱਗਾ ਬਲੈਕ ਕਲਰ ਦਾ ਰਮਨ ਨੂੰ ਕਾਲਾ ਕਲਰ ਬਹੁਤ ਪਸੰਦ ਆ ਬਾਈ ਕਹਿੰਦੇ ਕਿ 4 ਲੱਖ ਰੁਪਏ ਦਾ ਵੀ ਸਾਡੇ ਕੋਲ ਪਿਆ ਵਾ ਲਹਿੰਗਾ ਕਿਰਾਏ ਤੇ ਨੀ ਮਤਲਬ ਓਦਾਂ ਲੈਣ ਨੂੰ ਆਹ ਦੇਖੋ ਗਾਇਸ ਸਟਾਕ ਕਿੰਨਾ ਵਾਕਈ ਖੜੀ ਮੈਂ ਫੋਟੋ ਲੈ ਲਾ ਬਾਕੀ ਭਾਈ ਸਾਰੇ ਲੈਣ ਜਿੰਨੀ ਹੋਗੀ ਸਾਰੀ ਬ੍ਰਾਈਡਲ ਦੀ ਲੈਣ ਅੱਛਾ ਜੀ ਸਾਰਿਆਂ ਦਾ ਐਵੇਂ ਹੀ ਆ ਪ੍ਰਾਈਸ ਹੈ ਨਾ
ਚਲੋ ਗਾਇਸ ਹੁਣ ਆਪਾਂ ਚੱਲਦੇ ਹਾਂ, ਸੂਟ ਲੈ ਲਿਆ ਵਾ ਅਤੇ ਬੁਕਿੰਗ ਵੀ ਹੋ ਗਈ ਆ, ਬੁਕਿੰਗ ਕਹੀ ਜਾਂਦਾ ਸੂਟ ਲੈ ਲਿਆ ਬਿੱਲ ਕਰਕੇ, ਹੁਣ ਆਪਾਂ ਚੱਲਦੇ ਹਾਂ ਘਰਾਂ ਨੂੰ। ਚਲੋ ਗਾਇਸ ਆਪਾਂ ਲੈ ਲਿਆ ਇੱਕ, ਲਿਆ ਵਾ ਇੱਕ ਹੀ, ਇੰਨਾ ਮਹਿੰਗਾ ਵਾ, ਚਾਰਾਂ ਸੂਟਾਂ ਦੇ ਬਰਾਬਰ ਫਿਰੋਜ਼ਪੁਰੋਂ ਇੱਕ ਆ ਇੱਥੇ, ਬਹੁਤ ਹੀ ਮਤਲਬ ਜਦੋਂ ਭੇਜਾਂਗੇ ਨਾ ਉਦੋਂ ਤੁਹਾਨੂੰ ਵਿਖਾ ਦਾਂਗੇ। ਹੁਣ ਅਸੀਂ ਬੜੀ ਕਾਹਲੀ ਹਾਂ, ਹੁਣ ਅਸੀਂ ਸ਼ਾਇਦ ਕੈਮਰੇ ਦਾ ਟਰਾਈਪੋਡ ਵੇਖ ਕੇ ਆਉਣਾ ਵਾ, ਫਿਰ ਇੱਕ ਟ੍ਰੇਨ ਤਾਂ ਸਾਡੀ ਲੰਘ ਗਈ ਆ ਅਤੇ ਪੰਜ ਵਾਲੀ 'ਤੇ ਚੜ੍ਹਨਾ, ਹੁਣ ਪੰਜ ਵਾਲੀ 'ਤੇ ਚੜ੍ਹਨਾ ਪੈਣਾ। ਜੁੱਤੀ ਵੇਖਣੀ, ਜੁੱਤੀ ਵੇਖਣੀ ਆ, ਕਹਿੰਦੀ ਇੱਕ ਹੋਰ ਰਮਨ ਲਈ ਸੂਟ ਦੇਖਣਾ। ਆਪਾਂ ਆ ਗਏ ਅਗਲੀ ਦੁਕਾਨ 'ਤੇ, ਸ਼ੋਰੂਮ 'ਚ ਆ ਗਏ ਹਾਂ, ਠੀਕ ਹੈ, ਇੱਕ ਹੋ ਗਿਆ, ਇੱਕ ਹੋਰ ਵੇਖਣਾ। ਹਾਂ ਦੇਖ ਲਓ, ਪਤਾ ਨਹੀਂ ਇੰਨੇ ਸੂਟ, ਇੰਨੇ ਸੂਟ ਸਮਝ ਨਹੀਂ ਆਉਂਦੀ। ਉਹ ਦੁਕਾਨ ਤੋਂ ਇੰਨਾ ਮਹਿੰਗਾ ਨਹੀਂ ਲੈ ਜਾਣਾ, ਇੰਨਾ ਮਹਿੰਗਾ ਇੱਥੋਂ ਲੈ ਲਿਆ, ਦੋ ਸੂਟ ਲੈ ਲਿਆ। ਚਲੋ ਪਤਾ ਨਹੀਂ ਫੋਨ ਕਿਹਨੂੰ ਆਉਣਾ ਪਿਆ, ਹੁਣ ਨਹੀਂ ਜਾਣਾ, ਇਹਦੀ ਗੱਲ ਨਹੀਂ ਮੰਨਣੀ, ਹੁਣ ਸਿੱਧਾ ਪਿੰਡ ਨੂੰ ਜਾਣਾ, ਠੀਕ ਹੈ। ਹੈਲੋ, ਉਹ ਸ਼ਹਿਰ ਨਾ ਆਇਆ ਕਰੋ ਤੁਸੀਂ, ਬੜਾ ਖਰਚਾ ਹੁੰਦਾ ਜੀ। ਉਹ ਜਾ ਤੂੰ ਇੱਧਰ ਆ ਗਾ, ਇੱਕ ਹੋਰ ਦੁਕਾਨ ਕਿੱਡੀ ਵਧੀਆ, ਤੁਸੀਂ ਕਦੇ ਜਾਤਰ ਮਾਰ ਕੇ ਲੈ ਕੇ ਜਾਣਾ ਤੈਨੂੰ ਪਿੰਡ ਮੈਂ। ਚਲੋ ਗਾਇਸ ਅਸੀਂ ਨਾ ਜਲੰਧਰ ਤੋਂ ਆ ਗਏ ਸਿੱਧਾ ਘਰੇ, ਮੇਰੇ ਤੋਂ ਐਂਡ ਨਹੀਂ ਹੋਇਆ ਕਿਉਂਕਿ ਜਦੋਂ ਘਰੋਂ ਆਏ ਨਾ ਸਿੱਧਾ ਡੈਡੀ ਹੁਣੀ ਕਹਿੰਦੇ ਜਲੰਧਰ ਜਾਣਾ, ਜਲੰਧਰ ਜਾਣਾ, ਅਤੇ ਜਲੰਧਰ ਜਾਣ ਦੀ ਤਿਆਰੀ ਕਰ ਲਈ ਆ। ਪਿੰਡ 'ਚੋਂ ਗਏ ਚਾਰ ਮੁੰਡੇ, ਚਾਰ ਪੰਜ ਜਾਣੇ ਗਏ ਹਾਂ ਅਤੇ ਉੱਥੇ ਮੋਰਚਾ ਫਤਿਹ ਹੋ ਗਿਆ ਅਤੇ ਉਸ ਤੋਂ ਬਾਅਦ 'ਚ ਜਾਣਾ ਹੁੰਦਾ ਸਾਰੇ ਪਿੰਡ ਨੇ, ਤਾਂ ਕਰਕੇ ਮੇਰੇ ਕੋਲ ਵਲੋਗ ਦਾ ਐਂਡ ਨਹੀਂ ਹੋਇਆ। ਮੈਂ ਅਗਲਾ ਵਲੋਗ ਵੀ ਸਟਾਰਟ ਕਰਤਾ ਸੀਗਾ। ਓਕੇ, ਜੇ ਵਧੀਆ ਲੱਗਾ ਵਲੋਗ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ। ਓਕੇ, ਮਿਲਾਂਗੇ ਅਗਲੇ ਵਲੋਗ ਦੇ ਨਾਲ, ਦਿੱਲੀ ਮਿਲਾਂਗੇ ਹੁਣ ਸਿੱਧਾ ਦਿੱਲੀ।